हाँ जी दोस्तों, की हाल चाल ने थोड़े? दोस्तों एंट्रो देख के थोनों पता लग गई क्या होना कि अज असी की करन चले हां। तो अज असी दोस्तों ग्रोसरी करन चले हां। वैसे तो असी थोड़ा बहुत समान जिद्दे असी आए सी ले जांदा सी, तो दे रात सी कि ते ब्लॉग शूट नहीं होया। पर की होया उस दिन दो तीन चीजें गलत हो गईयां, थोनों दस दें। हासे दी गल आ सी, आटे दी जगह मैदा ले आए सीगे रोटियां जदों बनाउण लगे तो रोटियां सही नहीं बनियां, आटा सही नहीं गुन्नया गया सीगा। सो चलो गलतियां होंगे नवे नवे जो आए हैं, पर उसे लिखा हुआ इदा ही कि वो आटा जना होल वीट लिखा हुआ सी, चलो आटा ही होगा, पर वह मैदा जहा बन गया। तो बाकी हुण सानू पता लग गया कि इत्थे जिहड़ा आटा गा वह शेर दे कोई कंपनी का आटा आउंदा, बहुत बेस्ट आ। सो अज असी आपदी ग्रोसरी दे नाल वह भी लवेंगे तां कि असी रोटी रोटी बना लईए घरे। दोस्तों बाकी जो टिफिन सर्विस होंदियां ने वह सॉल्ट मेरी दे विच बहुत ज़्यादा महंगियां, जिवें मैं ब्रैम्पटन रह के 8-10 दिन उत्थे मैं देखिया सीगा कि $220 ਦੇ ਵਿੱਚ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਆ, ਤੇ ਇੱਥੇ ਦੋਸਤੋ $250 ਦੇ ਵਿੱਚ ਇੱਕ ਟਾਈਮ ਦੀ ਰੋਟੀ ਹੀ ਦਿੰਦੇ ਆ ਤੁਹਾਨੂੰ। ਤੇ ਉਹਦੇ ਨਾਲ ਮੈਨੂੰ ਲੱਗਦਾ ਬੰਦਾ ਮਸਾਂ ਹੀ ਰੱਜਦਾ ਹੋਊਗਾ, ਜਿਹੜਾ ਪੰਜਾਬੀ ਬੰਦਾ ਆਪਣਾ ਜਿਹੜੇ ਜ਼ਿਆਦਾ ਖਾਣ ਵਾਲੇ ਹੈਗੇ ਆ, ਤਾਂ ਉਹ ਮਸਾਂ ਹੀ ਰੱਜਦਾ ਹੋਊ ਉਨੇ ਕੀ ਖਾਣੇ ਨਾਲ। ਸੋ ਅਸੀਂ ਸੋਚਿਆ ਵੀ ਘਰੇ ਹੀ ਸਾਰਾ ਸੈਟਅਪ ਕਰੀਏ, ਕੋਈ ਫਾਇਦਾ ਨਹੀਂ ਬਾਹਰੋਂ ਬੁਰੋ ਖਾਣ ਦਾ। ਸੋ ਅੱਜ ਅਸੀਂ ਸਮਾਨ ਲੈਣ ਚੱਲੇ ਹਾਂ, ਦੇਖਦੇ ਹਾਂ ਵੀ ਸੋਲਟ ਮੇਰੀ ਜਿਵੇਂ ਸੁਣਿਆ ਕਈ ਲੋਕਾਂ ਤੋਂ ਕਿ ਇਹ ਮਹਿੰਗਾ, ਵੀ ਆਮ ਜਿਹੜੇ ਹੋਰ ਸਿਟੀਆਂ ਤੋਂ ਕੀ ਚੀਜ਼ ਬਾਏ ਕਰਦੇ ਆ ਇੱਥੇ ਜ਼ਿਆਦਾ ਮਹਿੰਗਾ ਐਜ਼ ਕੰਪੇਅਰ ਟੂ ਅਦਰ ਸਿਟੀਜ਼, ਕਿਉਂਕਿ ਇੱਥੇ ਜ਼ਿਆਦਾ ਫਿਰ ਟਰਾਂਸਪੋਰਟੇਸ਼ਨ ਜ਼ਿਆਦਾ ਲੱਗਦੀ ਆ ਦੂਰ ਲਿਆਉਣ ਲਈ ਸਮਾਨ। ਮੈਨੂੰ ਲੱਗਦਾ ਇੱਥੇ ਬਰੈਂਪਟਨ ਤੋਂ 700-800 ਕਿਲੋਮੀਟਰ ਦੂਰ ਆ, ਕੋਈ ਵੱਡਾ ਇੱਥੇ ਏਅਰਪੋਰਟ ਹੈ ਨਹੀਂ ਗਾ। ਸੋ ਮੈਨੂੰ ਲੱਗਦਾ ਤਾਂ ਕਰਕੇ ਮਹਿੰਗਾ ਗਾ। ਬਾਕੀ ਕਿੰਨਾ ਕੁ ਮਹਿੰਗਾ ਉਹ ਤੁਹਾਨੂੰ ਜਾ ਕੇ ਦੱਸਦੇ ਹਾਂ ਅੱਜ ਗਰੋਸਰੀ ਕਰਕੇ ਅੰਦਰ, ਕਿ ਕਿੰਨਾ ਕੁ ਅਸੀਂ ਸਮਾਨ ਲਿਆ ਉਹਦੇ ਕਿੰਨੇ ਕੁ ਸਾਨੂੰ ਪੈਸੇ ਲੱਗੇ ਆ, ਮਤਲਬ ਕਿੰਨਾ ਕੁ ਐਕਸਪੈਂਸਿਵ ਸਾਨੂੰ ਸਮਾਨ ਲੱਗਿਆ ਉਹ। ਦੂਸਰੀ ਗੱਲ ਦੋਸਤੋ ਘਰਾਂ ਦੇ ਮਾਮਲੇ 'ਚ ਜ਼ਰੂਰ ਸਸਤਾ ਹੈਗਾ ਇਹ, ਮਤਲਬ ਤੁਹਾਨੂੰ ਜਿਹੜੇ ਰੂਮ ਰਾਮ ਆ ਪ੍ਰਾਈਵੇਟ ਰੂਮ ਸਸਤਾ ਮਿਲ ਸਕਦਾ ਓਨੇ ਕੁ ਪੈਸਿਆਂ 'ਚ ਜਿੰਨੇ ਕੁ ਤੁਹਾਨੂੰ ਬਰੈਂਪਟਨ ਦੇ ਵਿੱਚ ਜਾਂ ਕਿਸੇ ਹੋਰ ਅਦਰ ਸਿਟੀ ਦੇ ਵਿੱਚ ਸ਼ੇਅਰਿੰਗ ਦੇ ਵਿੱਚ ਮਿਲਦਾ। ਅਤੇ ਯੂਨੀਵਰਸਿਟੀ ਗਏ ਹਾਂ, 2-3 ਦਿਨ ਪਾਰਟੀਆਂ ਪੁਰਟੀਆਂ ਚੱਲੀਆਂ, ਬੜਾ ਘੈਂਟ ਸਿਸਟਮ ਸੀਗਾ, ਹਜੇ ਤੱਕ ਤਾਂ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਛ। ਇਸ ਤੋਂ ਬਾਅਦ ਕਿੱਦਾਂ ਦਾ ਹੋਊਗਾ, ਕਲਾਸਾਂ ਕਿੱਦਾਂ ਦੀਆਂ ਹੋਣਗੀਆਂ ਜਾਂ ਕਿੰਨਾ ਕੁ ਟਫ ਸਿਸਟਮ ਹੋਊਗਾ ਪੜ੍ਹਾਈ ਦਾ ਸਿਲਸਿਲਾ, ਉਹ ਤੁਹਾਨੂੰ ਜਾ ਕੇ ਜਦੋਂ ਕਲਾਸਾਂ ਸ਼ੁਰੂ ਹੋਣਗੀਆਂ ਉਹ ਅਗਲੇ ਬਲੌਗ ਦੇ ਵਿੱਚ ਦੱਸਾਂਗੇ। ਸੋ ਫਾਰ ਇੰਨੀ ਕੁ ਇਨਫੋਰਮੇਸ਼ਨ ਅੱਜ ਦੀ ਗਰੋਸਰੀ ਦੇ ਬਾਰੇ ਤੁਹਾਨੂੰ ਦਿੰਦੇ ਹਾਂ ਅੱਗੇ ਚੱਲ ਕੇ, ਠੀਕ ਹੈ ਜੀ? ਦੇਖਦੇ ਰਹੋ ਐਂਡ ਤੱਕ। ਸੋ ਦੋਸਤੋ ਅੱਜ ਜਿਵੇਂ ਤੁਹਾਨੂੰ ਦੱਸਿਆ ਆਪਾਂ ਚੱਲੇ ਹਾਂ ਨਾ ਕਰਨ ਸ਼ੋਪਿੰਗ, ਅਤੇ ਅਸੀਂ ਇੱਕ ਅੱਡਾ ਪਹਿਲਾਂ ਹੀ ਪਿੱਛੇ ਉਤਰ ਗਏ ਵੀ ਚਲੋ ਤੁਰ ਕੇ ਦੇਖਦੇ ਹਾਂ ਸ਼ਹਿਰ, ਸ਼ਹਿਰ ਨੂੰ ਵੀ ਥੋੜ੍ਹਾ ਬਹੁਤ ਜਾਣਨਾ ਚਾਹੀਦਾ, ਫਿਰ ਹੀ ਪਤਾ ਲੱਗਦਾ ਵੀ ਕਿੱਧਰ ਜੇ ਕੀ ਚੀਜ਼ ਆ, ਕਿੱਧਰ ਜੇ ਹੈ ਨਾ ਸਿਸਟਮ ਹੈਗਾ ਇਹ। ਬੱਸ ਨੇ ਘੁੰਮ ਕੇ ਆਉਣਾ ਸੀ ਅਤੇ ਅਸੀਂ ਸੋਚਿਆ ਵੀ ਇੱਕ ਅੱਡਾ ਪਿੱਛੇ ਉਤਰ ਕੇ ਆਪਾਂ ਤੁਰ ਕੇ ਚੱਲਦੇ ਹਾਂ, ਨਾਲੇ ਦੇਖ ਲਾਂਗੇ ਕੁਛ ਪਤਾ ਲੱਗ ਜੂ ਮਾੜਾ ਮੋਟਾ, ਅਤੇ ਨਾਲੇ ਛੇਤੀ ਪਹੁੰਚ ਜਾਵਾਂਗੇ ਕਿਉਂਕਿ ਬੱਸ ਆਊਗੀ ਘੁੰਮ ਕੇ ਉੱਪਰ ਦੀ। ਵਧੀਆ ਆਈਡੀਆ, ਤੁਰ ਕੇ ਵੀ ਦੇਖਣਾ ਚਾਹੀਦਾ ਕੁਛ ਨਾ ਕੁਛ। ਵੈਸੇ ਤਾਂ ਬੱਸਾਂ ਦੀ ਸਰਵਿਸ ਦਿਨੇ ਦਿਨੇ ਬਹੁਤ ਵਧੀਆ ਇੱਥੇ, ਰਾਤ ਨੂੰ ਥੋੜ੍ਹਾ ਜਿਹਾ ਔਖਾ ਹੁੰਦਾ ਅਤੇ ਸੰਡੇ ਬਹੁਤ ਔਖਾ ਹੁੰਦਾ, ਸੰਡੇ 8 ਵਜੇ ਤੱਕ ਮਿਲਦਾ ਬੱਸ। ਸੋ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ, ਸਾਡੇ ਸਾਹਮਣੇ ਬਿਲਕੁਲ ਹੁਣ ਫੂਡ ਬੇਸਿਕ ਜਿਹੜਾ ਗਰੋਸਰੀ ਸਟੋਰ ਉਹ ਆ ਚੁੱਕਿਆ, ਅਤੇ ਤੁਹਾਨੂੰ ਦਿਖਾਉਂਦੇ ਹਾਂ, ਕਰਦੇ ਹਾਂ ਐਂਟਰੀ ਫਿਰ ਅੰਦਰ। ਵੈਸੇ ਯਾਰ ਇਹਨਾਂ 'ਚ ਕਾਫੀ ਫਰਕ ਆ, ਰੇਟ ਦਾ ਵੀ ਫਰਕ ਹੈ, ਉਹੀ ਚੀਜ਼ਾਂ ਸੇਮ ਦਾ, ਅਤੇ ਪਤਾ ਨਹੀਂ ਕੀ ਚੱਕਰ ਆ, ਮਤਲਬ ਇਹ ਸਮਝ ਨਹੀਂ ਆਈ ਗੱਲ ਦੀ ਵੀ ਸਾਰੇ ਸਟੋਰਾਂ ਦੇ ਵਿੱਚ ਜਿਹੜੀ ਚੀਜ਼ ਪਈ ਹੁੰਦੀ ਆ ਅੱਡੋ ਅੱਡ ਸਟੋਰਾਂ ਦੇ ਰੇਟ ਦਾ ਫਰਕ ਹੈ। ਇੱਕ ਹੋਰ ਬਹੁਤ ਵੱਡੀ ਸਮੱਸਿਆ ਸਾਨੂੰ ਆਈ ਹੈ ਇੱਥੇ ਆ ਕੇ, ਉਹ ਤੁਹਾਨੂੰ ਫਿਰ ਦੱਸਾਂਗੇ ਕਿਸੇ ਹੋਰ ਬਲੌਗ ਦੇ ਵਿੱਚ, ਜਿਹੜੀ ਸਮੱਸਿਆ ਆਪਣੇ ਬੰਦਿਆਂ ਨੂੰ ਆਉਂਦੀ ਹੈ ਨਾ ਉਹ ਤੁਹਾਨੂੰ ਕਿਸੇ ਫੇਰ ਦੱਸਾਂਗੇ, ਉਹਦੇ ਲਈ ਵੀ ਅਸੀਂ ਅੱਜ ਗਰੋਸਰੀ ਕਰਨੀ ਆ ਉਹ ਚੀਜ਼ ਲਈ ਵੀ, ਪਰ ਤੁਹਾਨੂੰ ਦੱਸਾਂਗੇ ਕਿਸੇ ਹੋਰ ਬਲੌਗ ਦੇ ਵਿੱਚ। ਤੇ ਮਿਲਦੇ ਹਾਂ ਫਿਰ ਅੱਗੇ ਹੁਣ ਗਰੋਸਰੀ ਸਟੋਰ ਦੇ ਵਿੱਚ ਆ ਜਾਓ। ਸਬਜ਼ੀ ਵਾਲਾ ਸਿਸਟਮ ਪੂਰਾ ਕਰੀਏ ਪਹਿਲਾਂ, ਆਲੂ ਪਿਆ, ਆਲੂ ਪਿਆ ਚੱਕ ਮਿੱਤਰਾ, ਚੱਕ ਆਲੂ ਜੇ ਪਾਲ ਪਾਵੇ ਕਿੰਨੇ ਕਿਲੋ ਕੁ ਪਾਲ, ਮੈਂ ਜੇ 2 ਕਿਲੋ ਪਾਵਾਂ ਪਾਲਾ ਵਾਈਟ ਪੋਟੈਟੋ $1 ਦੇ 98 ਸੈਂਟ, ਹਾਂ 1.98 ਓਕੇ
एक डॉलर 98 सर, मतलब 2 डॉलर ला लो। ये पर LBS है, केजी है क्या 4 डॉलर 37 सेंट दे, एक किलो 4 डॉलर 37 सेंट दे मित्रा। बड़े महंगे होए पे आलू यार, 250 रुपये किलो होए पे लगता, बहुत बहुत ने बहुत बहुत बाकी देखी जाऊगी। हां कोई चढ़या होया देख ला प्याज दा साइज किदा लगदा और गाजरां ले लिए, गाजरां मटर, गाजरां मटर बना सकते हैं कदे यार, ਪੇ ਉਹ ਤਾਂ ਦੇਖ ਲਵਾਂਗੇ ਗਾਜਰ ਮਟਰ ਇਕੱਠੇ ਦੇਖਾਂਗੇ। ਦੋ ਸਬਜ਼ੀਆਂ ਲੈ ਨਹੀਂ ਸਕਦੇ ਅੱਜ ਆਪਾਂ, ਤੇ ਆਲੂ ਨਾ ਤਾਂ ਇਦਾਂ ਨਾ ਹਰੇਕ ਹੀ ਪੈ ਜਾਣੀ ਹੈ, ਜਾਂ ਚੱਕ ਲਓ ਆਲੂ ਗਾਜਰ ਬਣਾ ਲਵਾਂਗੇ। ਹੋਰ ਆਪਾਂ ਕਿਹੜਾ ਡੇਲੀ ਡੇਲੀ ਆਉਣਾ ਯਾਰ, ਆਲੂ ਗਾਜਰ ਬਣਾ ਲਓ। ਦਹੀਂ ਆਪਣੇ ਕੋਲ 2 ਪੈਕਟ ਹੈਗੇ ਆ, ਹੁਣ ਆਪਣਾ ਰਿਫਾਈਨਡ ਵਾਲਾ ਤੇਲ ਲੈ ਲੈ, ਪੈਪਸੀ ਵਾਲਾ ਤੇ ਚੱਕਣੇ ਗਏ ਨੇ ਹੈ, ਪੈਪਸੀ ਦੀ ਪੈਕਿੰਗ ਆ ਚੱਕ ਲਾ ਯਾਰ, ਪੀ ਲਿਆ ਕਰਾਂਗੇ ਮਾੜਾ ਮੋਟਾ। ਕੈਨੇਡਾ ਡਰਾਈਵ ਵੀ ਲੈ ਕੇ ਜਾਂਦੇ ਆ, ਇਹਨੂੰ ਆਪਾਂ ਟਾਈਮ ਲੈਪਸ ਕਰ ਲਵਾਂਗੇ ਨਾ, ਇੰਨੀ ਇੰਨੀ ਜੀ ਤੇਜ਼ ਕਰਕੇ ਠੀਕ ਹੈ ਨਾ, ਬਹੁਤ ਆਪਣੇ ਆ ਦੇਖ ਲਓ ਕੀ ਕੀ ਰੈੱਡ हाँ, बट आप यार वो दूजा लवेंगे एक ना, वर्ज में लगा होर तेल लवेंगे नहीं लेंगे आप, चल तो दसदा कुछ तो आप अपना कोई कम नहीं है, पनीर पनीर लगो बन गया यार, उधर मैं सारा बना देगा, चीज़ तो पनीर दोनों चक्कर पनीर नहीं लगता दोस्तों, पनीर ना जद्दो ज्यादा कर रहे हैं ਵਧੀਆ, ਘਰਾਂ ਦੇ ਹਿਸਾਬ ਵਾਲਾ ਪਨੀਰ ਨਹੀਂ ਲੱਭਿਆ ਅਜੇ ਤੱਕ, ਸਹੀ ਗੱਲ ਹੈ, ਜਾਂ ਘਰੇ ਬਣਾਵਾਂਗੇ ਪਨੀਰ, ਘਰੇ ਇੰਨਾ ਟਾਈਮ ਆਪਣੇ ਕੋਲ ਕਿੱਥੇ ਆ, ਕੋਈ ਪਨੀਰ ਬਣਾਈ ਆਪਾਂ, ਮੰਨ ਲਓ ਆਪਾਂ ਦੁੱਧ ਦੇ ਨੇੜੇ ਆ ਗਏ ਹਾਂ, ਹਾਂ ਦੁੱਧ ਲੈ ਲੈ ਇਹ ਵਧੀਆ ਫੈਟ ਵਾਲਾ ਹੁੰਦਾ, ਹਾਂ ਇਹ ਫੈਟ ਵਾਲਾ ਦੁੱਧ ਆ, ਟਰੱਕ ਪਰ ਦੋ ਬੈਗ, ਜਿਹੜਾ ਲਾਲ ਵਾਲਾ ਦੁੱਧ ਹੋਊਗਾ ਹਮੇਸ਼ਾ ਫੈਟ ਵਾਲਾ ਹੋਊਗਾ, ਜਿਹੜਾ ਨੀਲਾ ਹੋਊਗਾ ਉਹ ਚ ਫੈਟ ਘੱਟ ਹੁੰਦੀ ਹੈ, ਓਕੇ ਜਿੰਨਾ ਕ ਮੈਨੂੰ ਪਤਾ ਹੈ ਇਹਦੇ ਲੱਗੇ, ਓਕੇ ਬਾਕੀ ਇੱਥੇ ਦੁੱਧ ਦੀ ਵੈਰਾਈਟੀ ਬਹੁਤ ਜ਼ਿਆਦਾ ਮਿਲਦੀ ਹੈ, ਆਓ ਚੱਲ ਗਾਂ ਵਾ, ਨਹੀਂ ਆਪਣੇ ਕੋਲ ਹੈਗਾ ਮੱਖਣ ਲੈ ਲਈ, ਮੱਖਣ ਲੈ ਲੈ ਗੱਭਰੂ ਨੂੰ ਕਹਿੰਦੇ ਆ ਟ੍ਰੈਂਡ ਵਧੀਆ, ਉਸ ਤੋਂ ਆਂਡੇ ਉਂਡੇ ਜੇ ਵੀ ਦੇਖ ਕੇ ਲਿਓ, 3-4 ਤਰ੍ਹਾਂ ਦੇ ਆਂਡੇ ਆਉਂਦੇ, ਕੋਈ ਹੋਰ ਕਿਸੇ ਹੋਰ ਕਿਸੇ ਪੰਛੀ ਪੁੰਛੀ ਦੇ ਆਂਡੇ ਜੀ ਵੀ ਹੁੰਦੇ ਆ, ਤੇ ਮੈਂ ਆਪ ਦੇਖਣਾ ਵੀ ਚੱਕ ਲਏ ਸੀ, ਹੋਰ ਹੀ ਖਾ ਲੈਣਾ ਸੀ ਪਤਾ ਨੀ ਤਾਂ, ਆ ਰਾਘਵ ਨੇ ਖਾਣਾ ਸੀ ਮੈਨੂੰ, ਰਾਘਵ ਕੀ ਖਾਣਾ ਸੀ ਮੈਨੂੰ ਤੂੰ, ਜੂਸ ਦਾ ਕਰ ਕੋਈ ਹੱਲ, ਜੂਸ ਦਾ ਕਰ ਕੋਈ ਹੱਲ, ਬਹੁਤ ਇੰਨਾ ਜਿਹਾ ਹੋ ਰਹੀ ਹੈ, ਲੈ ਲੈ ਇੱਕ ਪਿਆ ਆਪਣੇ ਕੋਲੇ, ਇੱਕ ਥੋੜਾ ਇੰਨਾ ਕਰ ਰਹਿ, ਕੋਈ ਹੋਰ ਲੈ ਲਾ, ਔਰੇਂਜ ਵੀ ਲਾ, ਉਹਨੇ ਦੀਆਂ ਗੱਲਾਂ ਔਰੇਂਜ ਹੀ ਉੱਤੇ, ਐਪਲ ਜੂਸ ਵੀ ਦੇਖੀ ਜਾ, ਦੇਖੋ ਐਪਲ ਜਾਂ ਟ੍ਰੋਪਿਕਾ, ਇਹਨਾਂ ਦਾ ਐਪਲ ਲੈ ਲੈਣਾ ਇੱਕ, ਚੰਗਾ ਦੋ ਜੂਸ ਬਹੁਤ ਹੋ ਜਾਣੇ ਆਪਣੇ, ਹੈਨਾ ਠੀਕ ਆ, ਬਹੁਤ ਆ ਚੱਕ ਕੇ ਲਿਆਣਾ ਆਪਾਂ, ਇਹ ਸਮਾਨ ਇੰਨਾ ਯਾਦ ਰੱਖੀ ਬਸ, ਉਦੇ ਨੂੰ ਇਹ ਯਾਦ ਰੱਖੀ ਬਾਬੇ, ਉਹ ਬਾਬੇ ਉਹ ਜਿਹਦੇ ਕੋਲ ਤਾਂ ਗੱਡੀ ਗੱਡੀ ਆ ਉਹਨੂੰ ਹੈਗਾ ਸੌਖਾ ਸਮਾਨ ਸਮੂਨ ਲਿਆਉਣ ਦਾ, ਅਸੀਂ ਲੈ ਕੇ ਨਾ ਬੱਸ 'ਤੇ, ਅਸੀਂ ਉਹਦੇ ਸਮਾਨ ਲੈ ਲਿਆ ਜ਼ਿਆਦਾ, ਬਾਅਦ ਸਾਨੂੰ ਪਤਾ ਨਾ ਲੱਗੇ ਵੀ ਹੁਣ ਲੈ ਕੇ ਕਿਵੇਂ ਜਾਈਏ, ਜਾਣਾ ਬੱਸ 'ਤੇ ਸੀ, ਫਿਰ ਇੱਥੇ ਗਰੀਬਾਂ ਨੇ $4 ਦੇ ਲਏ ਦੋ ਵੱਡੇ ਲਿਫਾਫੇ ਜੋ ਬੱਸ 'ਤੇ ਲੈ ਕੇ ਗਏ, ਉਹ ਬੱਸ 'ਤੇ ਲਿਆਉਣੀ ਹੈ ਗ੍ਰੋਸਰੀ ਬਹੁਤ ਔਖੀ ਹੈ ਦੋਸਤੋ, ਸਮਾਨ ਜ਼ਿਆਦਾ ਨਹੀਂ ਲੈ ਸਕਦੇ ਅਸੀਂ, ਹੈ ਲੈਣਾ ਯਾਰ ਕੋਈ ਨਾ ਕੋਈ ਲੈਣਾ, ਵਧੀਆ ਲੈ ਲਾ ਸਟ੍ਰੋਬਰੀ ਵਾਲਾ ਲੈ ਲਾ, ਜਾਂ ਲੈ ਲਾ ਕੋਈ ਸਾਰਾ ਸਮਾਨ ਲੈ ਲਿਆ,
ਸਣੇ ਦਾਲਾਂ ਤੋਂ ਲੈ ਕੇ ਸਣੇ ਤੋਂ ਲੈ ਕੇ ਜਿਹੜੇ ਆਲੂ ਉੱਪਾ ਲੈਣਾ ਜਿਹੜਾ ਸਾਰਾ ਸਮਾਨ ਘਰ ਦਾ ਮੇਨ ਸਮਾਨ ਬਸ ਆਪਣਾ ਤੇਲ ਵਗੈਰਾ ਹੀ ਰਹਿ ਗਿਆ ਤੇਲ ਰਹਿ ਗਿਆ ਹਾਂ ਸਰ ਸਫਾਈ ਵਾਲਾ ਸਾਰਾ ਸਮਾਨ ਲੈ ਲਿਆ ਤੇ ਦੁੱਧ ਲੈ ਲਿਆ ਰੋਟੀ ਪਾਣੀ ਦਾ ਜਿਗਾੜ ਕਰ ਲਿਆ ਆਟਾ ਲੈ ਲਿਆ ਤੇ ਕਲੀਨਿੰਗ ਵਾਸਤੇ ਲੈ ਲਿਆ ਸਾਰਾ ਕੁਛ ਤੇ ਪੀਣ ਵਾਲੇ ਜੂਸ ਦਾ ਲੈ ਲਏ ਕੁਛ ਨਹੀਂ ਰਿਹਾ ਸਭ ਤੋਂ ਮਹਿੰਗੀ ਚੀਜ਼ ਹੈ ਇੱਥੇ ਕੱਪੜੇ ਧੋਣ ਵਾਲਾ ਸਿਸਟਮ ਜਿਹਾ ਸਾਨੂੰ ਮਿਲਿਆ ਉਹ ਸਾਨੂੰ ਬਹੁਤ ਮਹਿੰਗਾ ਮਿਲਿਆ ਅਤੇ ਜਿਹੜਾ ਸਾਨੂੰ ਲੱਗਦਾ ਵੀ ਸਭ ਤੋਂ ਮਹਿੰਗਾ ਇੱਥੇ ਬਾਕੀ ਦਾ ਸਾਰਾ ਕੁਝ ਸਸਤਾ ਹੀ ਆ ਵੀ ਬੜੀ ਵੱਡੀ ਗੱਲ ਨਹੀਂ ਹੈਗੀ ਐਂਡ ਤੇ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦਾ ਬਿੱਲ ਦੱਸ ਦਾਂਗੇ ਵੀ ਕਿਹੜੀ ਚੀਜ਼ ਕਿੰਨੇ ਕਿੰਨੀ ਘਰ ਜਾ ਕੇ ਦਿਖਾ ਦੇਵਾਂਗੇ ਸਾਰਾ ਘਰ ਜਾ ਕੇ ਤੁਹਾਨੂੰ ਮਟਰ ਵੀ ਮਿਲ ਜਾਂਦੀ ਵੈਸੇ ਤਾਂ ਇੱਥੇ ਪਰ ਅਸੀਂ ਲੈਣੀ ਨਹੀਂ ਸਮਾਨ ਸਾਰਾ ਹੀ ਮਿਲ ਜਾਂਦਾ ਸਮਾਨ ਦੀ ਚੀਜ਼ਾਂ ਬੜੀ ਗੱਲ ਨਹੀਂ ਇੰਡੀਆ ਤੋਂ ਜਿਹੜਾ ਸਮਾਨ ਮਿਲਦਾ ਆਪਾਂ ਨੂੰ ਘਰ ਦੇ ਆਪਣੀ ਕੱਪੜਾ ਬਣਾਉਣ ਨੂੰ ਸਾਰਾ ਹੀ ਮਿਲ ਜਾਂਦਾ ਕੋਈ ਵੱਡੀ ਗੱਲ ਨਹੀਂ ਬੇਸਣ ਇਹ ਤਾਂ ਆਪਾਂ ਕੀ ਕਰਨਾ ਭਾਜੀ ਤੇਲ ਤੂਲੇ ਦਾਓ ਵੀ ਮਿੱਤਰੋ ਕਰਤਾ ਕੰਮ ਡਨ ਲਾਤੇ ਪੈਸੇ ਮਿੱਤਰਾ ਹੁਣ ਲਿਆਣਾ ਆਪਾਂ ਨੂੰ ਸਾਨੂੰ ਨਾ ਹੁਣ ਉਬਰ ਕਰਨੀ ਪਊ ਮੈਨੂੰ ਲੱਗਦਾ ਹਟ ਜਾ ਸਾਨੂੰ ਉਬਰ ਕਰਨੀ ਪੈਣੀ ਸਮਾਨ ਹੋ ਗਿਆ ਸਾਡੇ ਕੋਲ ਜ਼ਿਆਦੇ ਅਤੇ ਬੱਸ 'ਤੇ ਜਾਣ ਵਾਲਾ ਸਿਸਟਮ ਹੈ ਨਹੀਂ ਕੋਈ ਹੁਣ ਅਸੀਂ ਉਬਰ ਕਰਾ ਕੇ ਜਾਵਾਂਗੇ ਕਿਉਂਕਿ ਐਡੀ ਦੂਰ ਬੱਸ 'ਤੇ ਲੈ ਕੇ ਜਾਣਾ ਫਿਰ ਆਉਣਾ ਔਖਾ ਪੰਜ ਬੈਗ ਹੋ ਗਏ ਫੁੱਲ ਹੋ ਗਏ ਦੋਸਤੋ ਇਹ ਵੀ ਦਿੱਕਤ ਹੀ ਹੈ ਇੱਕ ਮੇਰੇ ਹਿਸਾਬ ਨਾਲ ਨਵੇਂ ਬੰਦੇ ਆਏ ਨੂੰ ਜਾਂ ਤਾਂ ਕੋਈ ਯਾਰ ਮਿੱਤਰ ਹੋਵੇ ਜਿਹਦੇ ਕੋਲ ਗੱਡੀ ਹੋਵੇ ਉਹਦੇ ਉਹਦੇ ਨਾਲ ਸੌਖਾ ਹੋ ਜਾਂਦਾ ਇਹਨੂੰ ਸਾਈਡ 'ਤੇ ਲਾ ਹੁਣ ਮਿੱਤਰਾ ਫਿਰ ਦੇਖਦੇ ਹਾਂ ਹੈਂ ਹਾਂ ਪੁੱਛ ਲਾ ਕਿੰਨੇ ਪੈਸੇ ਲਓ ਆ ਜਾਣਗੇ ਮੇਰੇ ਇੱਥੇ ਖੜੇ ਹਾਂ ਸਾਈਡ 'ਤੇ ਕਰ ਨੂੰ ਪਹਿਲਾਂ ਇਹਦੇ ਨਾਲ ਲਾ ਇਹਦੇ ਗੱਡੀ ਦੇ ਨਾਲ ਲਾ ਗੱਡੀ ਆ ਵੀ ਨਿਕਲਣੀ ਹੈ ਇਹਨੂੰ ਉਹ ਉੱਥੇ ਲਾ ਸਾਈਡ 'ਤੇ ਛੱਡਦੇ ਚੱਲ ਫਿਰ ਦੋਸਤੋ ਗੱਡੀ ਵਾਲੇ ਬੰਦੇ ਵਾਸਤੇ ਬਹੁਤ ਸੌਖਾ ਗਰੋਸਰੀ ਕਰਨੀ ਬੱਸਾਂ ਵਾਲੇ ਵਾਸਤੇ ਤਾਂ ਔਖਾ ਰੋਕਲਾ ਬਸ ਲਾ ਹੁਣ ਉਹਨੂੰ ਫੋਨ ਕੀ ਕਹਿੰਦਾ ਗੱਭਰੂ ਹਜੇ ਤਾਂ ਅੱਧਾ ਸਮਾਨ ਰਹਿ ਗਿਆ ਹਾਂ ਸਰਾਣੇ ਰਹਿੰਦੇ ਰੁਪਏ ਲੱਗੋ ਲੱਗਾ ਮਿੱਤਰਾ $253 ਲੱਗ ਗਏ ਹਫਤੇ ਦਾ ਹੋਊ ਮੇਰੇ ਹਿਸਾਬ ਨਾਲ ਹਫਤੇ ਚੱਲੂ ਆਲੂ ਜੇ ਵੀ ਪੰਜ ਅੰਡੇ ਬ੍ਰੈਡ ਕੀ ਸਮਾਨ ਸਮਾਨ ਕੁਛ ਵੀ ਨਹੀਂ ਲਿਆ ਆਪਾਂ ਹਫਤੇ ਦਾ ਸਮਾਨ ਲਿਆ ਖਾਣ ਵਾਸਤੇ ਕੁਛ ਨਹੀਂ ਯਾਰ ਕੰਮ ਬਾਬੇ ਕੰਮ ਕੁੰਮ ਮਿਲੇ ਤਾਂ ਫੇਰ ਹੀ ਸ਼ੁਰੂ ਨਹੀਂ ਤਾਂ ਬਹੁਤ ਔਖਾ ਬਾਈ ਇੱਥੇ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਬਾਈ ਕੰਮ ਮਿਲੂ ਤਾਂ ਹੀ ਕੰਮ ਚੱਲੂ ਨਹੀਂ ਕਹਿੰਦਾ ਗਰੋਸਰੀ ਗਰੂਸਰੀ ਕਰਨ ਦੀ ਲੋੜ ਨਹੀਂ ਗੁਰਦੁਆਰੇ ਜਾ ਵੜਿਆ ਕਹਿੰਦਾ ਡੇਲੀ ਬੱਸ ਚੜ੍ਹ ਕੇ ਉੱਥੇ ਮਹੀਨੇ ਚ 200 ਦੀ ਰੋਟੀ ਮਿਲਣੀ ਹੈ 200 ਸਾਰੇ ਮਹੀਨੇ ਦੇ 250 ਹਫਤਾ ਚ ਹਾਂ ਗੱਲ ਪੱਕੀ ਯਾਰ ਕੀ ਕਰ ਰਿਹਾ ਹੁਣ ਉਦਘਾਟਨ $10 ਲਾਏ ਪੰਜਾਬੀ ਸੀਗੇ ਮੁੰਡੇ $15 ਬਣਦੇ ਸੀ ਰਾਈਡ ਦੇ ਉਹਨਾਂ ਨੇ 10 ਹੀ ਲਏ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਪਈਆਂ ਦਾ ਚੱਕ ਲਈਏ ਸਮਾਨ ਸਾਰਾ ਹੋਰ ਨਾ ਕਿਤੇ ਬਾਹਰ ਹੀ ਰਹਿ ਜਾ ਕੋਈ ਲੈ ਚੱਕ ਇੱਥੇ ਵੀ ਚੱਕਰ ਹੈਗਾ ਬਾਹਰ ਸਮਾਨ ਪਿਆ ਹੁੰਦਾ ਤੁਹਾਨੂੰ ਪਤਾ ਹੀ ਹੈ ਲੈ ਜਾਵੇ ਮੁੜ ਕੇ ਬਾਈ ਹਾਰਡ ਬਹੁਤ ਹੈ ਜਿਹੜੇ ਬੰਦੇ ਦੀ ਕੋਈ ਜਾਣ ਪਛਾਣ ਨਹੀਂ ਉਹਨੂੰ ਸਰਵਾਈਵ ਕਰਨਾ ਔਖਾ ਇੱਥੇ ਕਰਨਾ ਬਾਈ ਜੀ ਸੱਚੀ ਬਹੁਤ ਤੇ ਅੱਜ ਕਰ ਰਹੇ ਹਾਂ ਕੰਮ ਲੱਭਣਾ ਰੋਟੀ ਪਾਣੀ ਕੰਮ ਲੱਭਣਾ ਫਿਰ ਕਾਲਜ ਜਾਣਾ ਘਰੇ ਆ ਕੇ ਵੀ ਬਣਾਉਣਾ ਔਖਾ ਹੀ ਔਖਾ ਗਿਆ ਗਰੋਸਰੀ ਕਰਨੀ ਕੋਈ ਪਤਾ ਨੀ ਸੁਤਾਉਣੀ ਕਿਹੜੀ ਚੀਜ਼ ਕਿੱਥੋਂ ਸਸਤੀ ਮਿਲਣੀ ਕਿੱਥੋਂ ਨਹੀਂ ਉਹ ਸਾਰੀਆਂ ਚੀਜ਼ਾਂ ਆਲੂ ਮੈਂ ਚੱਕਾਂ ਆਸਤੇ
ਕਾਰਡੀ ਹਾਰਡ ਆ ਕੰਮ ਬਹੁਤ ਜ਼ਿਆਦਾ ਉੱਕਾ ਹੁਣ ਸੱਚੀ ਗੱਲ ਹੈ ਮੁਸ਼ਕਲਾਂ ਹੀ ਮੁਸ਼ਕਲਾਂ ਆ ਸੀਗਾ ਅੱਜ ਦਾ ਗਰੋਸਰੀ ਦਾ ਆਪਣਾ ਦਿਨ ਦੋਸਤੋ ਆ ਤੁਸੀਂ ਬੈਲ ਦੇਖ ਲਓ ਜੀ ਫੋਟੋ ਕਰ ਲਿਓ ਠੀਕ ਹੈ ਸਕਰੀਨ ਸ਼ੋਟ ਕਰ ਲਿਓ ਠੀਕ ਹੈ ਉਹਦੇ ਵਿੱਚੋਂ ਵੀਡੀਓ ਦੇ ਵਿੱਚੋਂ ਅਤੇ ਤੁਸੀਂ ਦੇਖ ਸਕਦੇ ਹਾਂ ਕਿਹੜੀ ਕਿਹੜੀ ਚੀਜ਼ ਕਿੰਨੇ ਦੀ ਆਈ ਆ ਕਿੰਨੇ ਕਿੰਨੇ ਡੋਲਰ ਦੀ ਠੀਕ ਹੈ $253 ਸਾਡੇ ਲੱਗੇ ਆ ਟੋਟਲ ਅਤੇ ਤੁਸੀਂ ਚੀਜ਼ਾਂ ਦਾ ਰੇਟ ਦੇਖ ਸਕਦੇ ਹਾਂ ਠੀਕ ਆ ਓਕੇ ਇਹ ਤੁਹਾਨੂੰ ਕਿਸੇ ਨੇ ਨਹੀਂ ਦਿਖਾਉਣਾ ਮੈਨੂੰ ਲੱਗਦਾ ਅੱਜ ਤੱਕ ਤੁਸੀਂ ਚੀਜ਼ਾਂ ਦੇ ਵੀ ਰੇਟ ਦੇਖ ਸਕਦੇ ਹਾਂ ਇੰਡੀਆ ਤੋਂ ਪੈਸੇ ਬਾਈ ਖੁੱਲ੍ਹੇ ਨਾਲ ਲੈ ਕੇ ਆਇਓ ਜ਼ਰੂਰੀ ਆ ਜੇ ਤੁਸੀਂ ਕੋਈ ਇਹੋ ਜਿਹੀ ਸਿਟੀ 'ਚ ਜਾਂਦੇ ਹੋ ਜਿੱਥੇ ਤੁਹਾਨੂੰ ਲੱਗਦਾ ਵੀ ਕੰਮ ਨਹੀਂ ਮਿਲਣਾ ਹੋਏ ਤੁਹਾਨੂੰ 2 ਮਹੀਨੇ GIC ਤਾਂ ਆਉਣੀ ਆਉਣੀ ਆ ਤੁਸੀਂ ਅਗਲੀ ਫੀਸ ਵਾਸਤੇ ਵੀ ਪੈਸੇ ਜੋੜਨੇ ਹੁੰਦੇ ਆ ਸੋ ਇਹ ਗੱਲਾਂ ਆਪਾਂ ਕਿਸੇ ਹੋਰ ਬਲੌਗ 'ਚ ਕਰਾਂਗੇ ਅੱਜ ਸਿਰਫ ਗਰੋਸਰੀ ਲਈ ਬਲੌਗ ਬਣਾਇਆ ਸੀ ਤਾਂ ਕਿ ਜਿਹੜਾ ਸਟਰਗਲ ਗਰੋਸਰੀ ਵਾਸਤੇ ਕਰਦੇ ਆ ਲੋਕ ਨਵੇਂ ਆ ਕੇ ਇੱਥੇ ਉਹਨਾਂ ਨੂੰ ਤੁਸੀਂ ਦੇਖ ਸਕੋ ਕਿੰਨੇ ਕੁ ਪੈਸੇ ਲੱਗਦੇ ਆ ਨਾ ਇਹ ਮੈਨੂੰ ਲੱਗਦਾ ਹਫ਼ਤੇ 10 ਦਿਨਾਂ ਦਾ ਸਮਾਨ ਹੋਊਗਾ ਸਾਡਾ $253 ਦਾ ਸੋ $1000 ਮੈਨੂੰ ਲੱਗਦਾ ਗਰੋਸਰੀ ਦਾ ਅੱਜ ਦੇ ਟਾਈਮ ਦੇ ਵਿੱਚ ਲੱਗਦਾ ਮਹਿੰਗਾ ਹੋਇਆ ਕੰਮ ਅੱਗੇ ਲੋਕ ਕਹਿੰਦੇ ਹੁੰਦੇ ਸੀ ਵੀ $200-$300 ਨਾਲ ਮਹੀਨੇ ਦਾ ਚੱਲ ਜਾਂਦਾ ਕੰਮ ਪਰ ਹੁਣ ਨਹੀਂ ਦੋਸਤੋ 500-700 ਦੀ ਗਰੋਸਰੀ ਲੱਗਦੀ ਹੈ ਤੁਹਾਨੂੰ ਇੱਕ ਬੰਦੇ ਨੂੰ ਜੇ ਤੁਸੀਂ ਖਾਣਾ ਪਾਣੀ ਲੈਂਦੇ ਆ ਵਧੀਆ ਖੁੱਲ੍ਹਾ ਖਾਣਾ ਚਾਹੁੰਦੇ ਹੋ ਤੁਸੀਂ ਜੇ ਤੁਸੀਂ ਘੱਟ ਮਤਲਬ ਡੰਗ ਸਾਰਨਾ 500 ਤੱਕ ਵੀ ਲੱਗੂਗੇ ਅੱਜ ਦੇ ਟਾਈਮ ਦੇ ਵਿੱਚ ਜਿੰਨਾ ਕੁ ਮਹਿੰਗਾ ਹੋਇਆ ਸੋ ਡਨ ਦੋਸਤੋ ਧੰਨਵਾਦ ਤੁਹਾਡਾ ਇਸ ਬਲੌਗ ਦੇਖਣ ਦੇ ਲਈ ਬਣੇ ਰਹੋ ਸਾਡੇ ਨਾਲ ਅੱਗੇ ਵਧੀਆ ਵਧੀਆ ਵੀਡੀਓ ਦੇਖਣ ਲਈ ਲਓ ਜੀ ਕਰ ਲਓ ਚੈੱਕ ਹੁਣ ਅਸੀਂ ਟਿਕਾਉਣ ਲੱਗੇ ਹਾਂ ਸਮਾਨ ਜਿੱਥੇ ਜਿੱਥੇ ਇਹਦੀ ਜਗ੍ਹਾ ਬਣਦੀ ਹੈ ਜਿਹੜਾ ਤੁਹਾਨੂੰ ਵੈਸੇ ਹੀ ਦਿਖਾਤਾ ਚਲੋ ਸ਼ੋਰਟ ਜੈਕ ਦੇਖ ਲਓ